Van Gogh Designs. A name synonymous with elegance and timeless beauty. We marry style, color, and texture with furnishings that complement your home. Offering a wide range of sofas, chairs, beds, and accessories, we'll ensure the highest standards of quality throughout. From custom design pieces to our existing collections, we have furnishings you'll enjoy living with. Van Gogh Designs, the art of comfort. Once again, welcome back to the program. ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਅਵਤਾਰ ਬਿਦਾਸ਼ਾ ਜੀ ਨਾਲ। ਇੱਕ ਫਾਈਨੈਂਸ਼ੀਅਲ ਪਲੈਨਰ ਹਨ, 26 ਸਾਲਾਂ ਦਾ ਇਹਨਾਂ ਕੋਲ ਐਕਸਪੀਰੀਅੰਸ ਹੈ ਅਤੇ ਕੁਝ ਦੇਰ ਪਹਿਲਾਂ ਅਸੀਂ ਇਹਨਾਂ ਨਾਲ ਸਾਂਝ ਪਾਈ ਸੀ ਅਤੇ ਅਸੀਂ ਗੱਲਬਾਤ ਕੀਤੀ ਸੀ ਕਿ ਫਾਈਨੈਂਸ਼ੀਅਲ ਪਲੈਨਿੰਗ ਦੀ ਕੀ ਲੋੜ ਹੈ ਅਤੇ ਇਹਦੇ ਕਿਹੜੇ ਐਲੀਮੈਂਟਸ ਹੁੰਦੇ ਨੇ। ਤੁਹਾਡੇ ਵੱਲੋਂ ਇਸਦਾ ਬਹੁਤ ਵਧੀਆ ਰਿਸਪੋਂਸ ਆਇਆ ਅਤੇ ਮੰਗ ਕੀਤੀ ਗਈ ਕਿ ਵਿਸਥਾਰ ਵਿੱਚ ਇਹਨਾਂ ਇਸ਼ੂਜ਼ ਉੱਤੇ ਗੱਲਬਾਤ ਕੀਤੀ ਜਾਏ। ਸੋ ਉਸ ਦੇ ਤਹਿਤ ਅੱਜ ਮੁੜ ਤੋਂ ਅਸੀਂ ਗੱਲਬਾਤ ਕਰਦੇ ਹਾਂ ਕਿ ਜਿਹੜੇ ਕੀ ਐਲੀਮੈਂਟਸ ਹਨ ਫਾਈਨੈਂਸ਼ੀਅਲ ਪਲੈਨਿੰਗ ਦੇ, ਉਹ ਕੀ ਹਨ ਅਤੇ ਉਸਦੇ ਵਿੱਚ ਬਜਟਿੰਗ ਜਿਹੜੀ ਹੈ ਉਹ ਪਹਿਲਾ ਸਟੈਪ ਇਹਨਾਂ ਨੇ ਦੱਸਿਆ ਸੀ ਜਿਸ ਦੀ ਬੜੀ ਮਹੱਤਤਾ ਹੈ। ਇਹ ਕੀ ਸਟੈਪ ਹੈ ਅਤੇ ਕਿਉਂ ਸਾਨੂੰ ਇਹ ਅਡੋਪਟ ਕਰਨਾ ਚਾਹੀਦਾ ਹੈ, ਆਓ ਕੋਈ ਜਾਣਕਾਰੀ ਲਈਏ। ਜੈਨ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਜੀ, ਥੈਂਕ ਯੂ। ਸੋ ਬਜਟਿੰਗ ਦੀ ਜਦ ਗੱਲ ਕਰਦੇ ਹਾਂ ਜੀ, ਬਜਟਿੰਗ ਤਾਂ ਕੋਈ ਵੀ ਚੀਜ਼, ਕਿਸੇ ਵੀ ਚੀਜ਼ ਵਿੱਚ ਵੀ ਤੁਸੀਂ ਸਕਸੈਸਫੁਲ ਹੋਣਾ ਪਏ ਚਾਹੁੰਦੇ ਹੋ ਤਾਂ ਤੁਹਾਨੂੰ ਲੋੜ ਹੈਗੀ ਹੈ ਕਿ ਤੁਸੀਂ ਬਜਟਿੰਗ ਕਰੋ। ਸੋ ਅੱਜ ਚਾਹਨਾ ਪਾਈਏ ਕਿ ਜਿਹੜਾ ਫਸਟ ਐਲੀਮੈਂਟ ਬਜਟਿੰਗ ਦਾ ਇਹ ਹੈ ਕੀ ਬੇਸਿਕਲੀ। ਹਾਂਜੀ ਹਰਪ੍ਰੀਤ ਜੀ, ਪਹਿਲੀ ਤਾਂ ਗੱਲ ਇਹ ਹੈਗੀ ਹੈ ਕਿ ਜੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੋਈ ਪ੍ਰੋਗਰਾਮ ਅਸੀਂ ਕਰਨਾ, ਕੋਈ ਚੀਜ਼ ਪਲਾਨ ਕਰ ਰਹੇ ਹਾਂ ਜਾਂ ਅਸੀਂ ਲੈਣੀ ਆ, ਖਰੀਦਣੀ ਆ, ਚਾਹੇ ਸਾਨੂੰ ਕੁਛ ਨਾ ਕੁਛ ਉਹਦਾ ਹਿਸਾਬ ਕਿਤਾਬ ਹੋਣਾ ਚਾਹੀਦਾ ਕਿ ਪੈਸੇ ਕਿੱਥੋਂ ਆਉਣੇ ਆ, ਉਹ ਕਿੱਦਾਂ ਖਰਚਣੇ ਆ, ਉਹਦੇ ਵਿੱਚ ਸਾਡਾ ਕੀ ਫਾਇਦਾ ਜਾਂ ਨੁਕਸਾਨ ਹੋ ਸਕਦਾ। ਸੋ ਅਸੀਂ ਜੇ ਬਜਟ ਕਰਾਂਗੇ ਤਾਂ ਸਾਨੂੰ ਇਹ ਸਾਰੀਆਂ ਚੀਜ਼ਾਂ ਸੋਚਣਾ ਪੈਣਾ। ਬਜਟ ਬਣਾਉਣ ਦੇ ਵਾਸਤੇ ਸਾਨੂੰ ਚਾਹੀਦਾ ਕਿ ਇੱਕਦਮ ਨੌਲੇਜ ਕੋਲ ਹੋਣਾ ਚਾਹੀਦਾ, ਜਾਂ ਅਸੀਂ ਕੋਈ ਪ੍ਰੋਫੈਸ਼ਨਲ ਨੂੰ ਨਾਲ ਲਾਈਏ ਕਿ ਜਿਹੜਾ ਸਾਡੀ ਹੈਲਪ ਕਰ ਸਕਦਾ ਹੈ। ਹੁਣ ਸਾਡੀ ਕਮਿਊਨਿਟੀ ਵਿੱਚ ਵੀ, ਇੰਡਸਟਰੀ ਵਿੱਚ ਵੀ ਬਹੁਤ ਸਾਰੇ ਬੜੇ ਵਧੀਆ ਵਧੀਆ ਐਡਵਾਈਜ਼ਰਸ ਹੈਗੇ ਆ ਜੀ। ਉਹਦੇ ਨਾਲ ਨਾਲ ਦੂਸਰੀ ਸਾਈਡ ਹੈਗੇ, ਮਾੜੇ ਵੀ ਹੈਗੇ ਆ, ਤੁਹਾਨੂੰ ਦੇਖਣਾ ਪੈਣਾ ਕਿਹੜਾ ਸਾਰਿਆਂ ਨੂੰ ਵਧੀਆ ਤੁਹਾਨੂੰ ਠੀਕ ਹੈਗਾ। ਤੁਸੀਂ ਉਹਨਾਂ ਨੂੰ ਪੁੱਛੋ ਕਿ ਕੀ ਉਹਨਾਂ ਦੀ ਬੈਕਗਰਾਊਂਡ ਹੈਗੀ ਆ। ਅਤੇ ਬਜਟ ਦੇ ਵਿੱਚ ਸਾਰਿਆਂ ਨੂੰ ਵੱਡੀ ਗੱਲ ਇਹ ਹੁੰਦੀ ਆ ਕਿ ਜਿਹੜੀਆਂ ਸਾਡੀਆਂ ਹੈਬਿਟਸ ਆ, ਅਸੀਂ ਸਾਡੀਆਂ ਹੈਬਿਟਸ ਨੂੰ ਦੇਖੀਏ ਕਿ ਸਾਡੀਆਂ ਹੈਬਿਟਸ ਹੈ ਕੀ ਆ। ਠੀਕ, ਜਦੋਂ ਅਸੀਂ ਨਵੇਂ ਆਉਂਦੇ ਹਾਂ, ਨਵੇਂ ਇਮੀਗ੍ਰੈਂਟਸ ਹੈਗੇ ਹਾਂ, ਤਾਂ ਸਾਨੂੰ ਪਹਿਲਾਂ ਇਹ ਹੁੰਦਾ ਕਿ ਅਸੀਂ ਆ ਕੇ ਇੱਥੇ ਸੈੱਟ ਹੋਣਾ, ਬੱਚਿਆਂ ਨੂੰ ਸੈੱਟ ਕਰਨਾ ਜੀ। ਅਸੀਂ ਜਿਹੜੀ ਵੀ ਪੈਸੇ ਬਚਾ ਸਕਦੇ ਹਾਂ, ਜਿੰਨੇ ਵੀ ਬਚਾ ਸਕਦੇ ਹਾਂ, ਓਨੇ ਹੀ ਘੱਟ ਆ। ਠੀਕ, ਅਸੀਂ ਬਲਕ ਚੀਜ਼ਾਂ ਜਾ ਕੇ ਖਰੀਦਦੇ ਹਾਂ, ਅਸੀਂ ਸੇਲ ਚੀਜ਼ਾਂ ਦੇਖਦੇ ਹਾਂ ਕਿੱਥੇ ਮਿਲਦੀਆਂ ਹੈਗੀਆਂ। ਅਤੇ ਉਹਦੇ ਨਾਲ ਅਸੀਂ ਦੂਸਰੀ ਗੱਲ ਇਹ ਆ ਕਿ ਅਸੀਂ ਕਿਸੇ ਦੇ ਨਾਲ ਰਹਿ ਲੈਂਦੇ ਹਾਂ, ਪਰਿਵਾਰ ਦੇ ਨਾਲ ਰਹਿ ਲੈਂਦੇ ਹਾਂ, ਕਿਉਂਕਿ ਸਾਡੀ ਬੱਚਤ ਜ਼ਿਆਦਾ ਹੋ ਜਿੱਥੋਂ ਵੀ ਬਚ ਸਕਦੇ ਨੇ ਅਸੀਂ ਬਚਾਉਣ ਦੀ ਕੋਸ਼ਿਸ਼ ਕਰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਈਟ, ਸੋ ਇਵੈਂਚੁਅਲੀ ਹੌਲੀ ਹੌਲੀ ਫਿਰ ਇਹ ਹੁੰਦਾ ਕਿ ਅਸੀਂ ਸਾਡੀ ਜੱਗ ਖੁੱਲ੍ਹ ਜਾਂਦੀ ਆ ਜੀ। ਅਸੀਂ ਦੇਖਣ ਲੱਗ ਪਏ ਕੋਈ ਨਹੀਂ, ਹੁਣ 4 ਪੈਸੇ ਹੋਰ ਹੈਗੇ ਆ, ਅਸੀਂ ਹੋਰ ਸਪੈਂਡ ਕਰ ਲਈਏ। ਰਾਈਟ, ਅਤੇ ਉਹਦੇ ਨਾਲ ਦੀ ਨਾਲ ਫਿਰ ਕੁਛ ਬੈਡ ਹੈਬਿਟਸ ਬਣ ਜਾਂਦੀਆਂ। ਰਾਈਟ, ਐਗਜ਼ਾਮਪਲ ਕਈ ਵਾਰੀ ਇਹ ਹੁੰਦਾ ਕਿ ਅਸੀਂ ਕ੍ਰੈਡਿਟ ਕਾਰਡ 'ਤੇ ਜਾ ਕੇ ਖਰਚੇ ਕਰਨ ਲੱਗ ਪੈਂਦੇ ਹਾਂ, ਫਿਰ ਜਦੋਂ ਬਿੱਲ ਆਉਂਦਾ ਹੈਗਾ ਅਸੀਂ ਉਹਨੂੰ ਪੇ ਨਹੀਂ ਕਰਦੇ ਅਤੇ ਉੱਥੇ ਇੰਟਰਸਟ ਪੈਣ ਲੱਗ ਪੈਂਦਾ। ਇੰਟਰਸਟ ਰੇਟ ਵੀ ਜ਼ਿਆਦਾ ਹੁੰਦਾ, 18-20% ਕਈਆਂ ਕਾਰਡਾਂ ਦੇ ਉੱਤੇ ਹੁੰਦਾ। ਫਿਰ ਅਸੀਂ ਆਪਣੇ ਕ੍ਰੈਡਿਟ ਕਾਰਡ ਨੂੰ ਪੇ ਨਹੀਂ ਕਰਦੇ, ਅਸੀਂ ਜਾ ਕੇ ਬੋਰਿੰਗ ਕਾਸਟ ਜ਼ਿਆਦਾ ਹੋ ਜਾਂਦਾ। ਰਾਈਟ, ਪਰ ਸਾਨੂੰ ਉਹਦੇ ਵਿੱਚ ਇਹ ਦੇਖਣਾ ਪੈਂਦਾ ਵੀ ਅਸੀਂ ਬਜਟ ਕਰਨੀ ਕਿਸ ਤਰ੍ਹਾਂ। ਠੀਕ, ਔਰ ਉਹਦੇ ਕੀ ਪਲਾਨ ਆ, ਕੀ ਸਾਡੇ ਕੋਲ ਸਟਰਕਚਰਸ ਹੈਗੇ ਆ ਜਿਹਨਾਂ ਦੇ ਨਾਲ ਅਸੀਂ ਵਰਤ ਕਰ ਸਕਦੇ ਹਾਂ। ਹੋਰ ਕਿਹੜੀਆਂ ਚੀਜ਼ਾਂ ਦਾ ਬਜਟਿੰਗ ਵਿੱਚ ਧਿਆਨ ਰੱਖਣਾ ਚਾਹੀਦਾ ਹੈ? ਹਾਂਜੀ, ਜਦੋਂ ਬਜਟ ਬਣਾਉਣੀ ਆ, ਜਦੋਂ ਸ਼ੁਰੂ ਹੀ ਕਰਨੀ ਆ, ਪਹਿਲਾਂ ਤਾਂ ਸਾਨੂੰ ਇਹ ਦੇਖਣਾ ਪੈਂਦਾ ਕਿ ਸਾਡੇ ਪਰਿਵਾਰ ਦਾ ਇਨਕਮ ਕਿੰਨਾ। ਰਾਈਟ, ਜੇ ਇੱਕ ਇਨਸਾਨ ਕੰਮ ਕਰਦਾ ਜਾਂ ਆਦਮੀ ਕਰਦਾ ਜਾਂ ਔਰਤ ਕੰਮ ਕਰਦੀ, ਸਾਡੇ ਪੈਸੇ ਕਿੰਨੇ ਆ ਰਹੇ ਆ। ਅਸੀਂ ਦੇਖਣਾ ਕਿ ਫੈਮਿਲੀ ਇਨਕਮ ਕਿੰਨਾ ਹੈਗਾ, ਉਹਦੇ ਮੁਤਾਬਿਕ ਫਿਰ ਅਸੀਂ ਦੇਖਣਾ ਕਿ ਅਸੀਂ ਖਰਚੇ ਕਿੰਨੇ ਕਰ ਸਕਦੇ ਹਾਂ। ਠੀਕ, ਸੋ ਇੱਕ ਪਾਸੇ ਇਨਕਮ ਹੋ ਗਿਆ, ਦੂਸਰੇ ਪਾਸੇ ਦੇਖੋ ਕਿ ਸਾਡੇ ਖਰਚੇ ਕੀ ਹੈਗੇ ਆ। ਉਹ ਖਰਚਿਆਂ ਵਿੱਚ ਆ ਜਾਂਦੇ ਆ ਬਿੱਲਸ, ਆ ਜਾਂਦੇ ਆ ਹਾਊਸਿੰਗ, ਆ ਜਾਂਦੀ ਆ। ਹੁਣ ਬਿੱਲਾਂ ਦੇ ਵਿੱਚ ਵੀ ਦੇਖੋ ਤੁਸੀਂ, ਸੈੱਲ ਫੋਨ ਆ ਗਿਆ, ਹੋਮ ਫੋਨ ਆ ਗਿਆ, ਕੇਬਲ ਆ ਗਿਆ, ਹਾਈਡਰੋ ਹੋ ਗਿਆ, ਗੈਸ ਹੋ ਗਿਆ, ਅਤੇ ਸਾਨੂੰ ਖਾਣਾ ਪੀਣਾ ਵੀ ਲੈਣਾ ਪੈਂਦਾ, ਕੱਪੜੇ ਵੀ ਲੈਣੇ ਆ ਜੀ। ਸੋ ਉਹਦੇ ਨਾਲ ਅਸੀਂ ਹਰ ਇੱਕ ਚੀਜ਼ ਨੂੰ ਦੇਖ ਕੇ ਫਿਰ ਅਸੀਂ ਆਪਣੀ ਹੈਬਿਟ ਨੂੰ ਮਜ਼ਬੂਤ ਕਰ ਰਹੇ ਹਾਂ ਕਿ ਜ਼ਿਆਦਾ ਕਰਨਾ ਕਿ ਥੋੜ੍ਹਾ ਕਰਨਾ। ਰਾਈਟ, ਜਦੋਂ ਸਾਡੇ ਖਰਚੇ ਸਾਰੇ ਲਿਖੇ ਜਾਂਦੇ ਆ, ਉਦੋਂ ਉਹਦੇ ਵਿੱਚ ਇੱਕ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਕਿ ਅਸੀਂ ਪਹਿਲਾਂ ਆਪਣੇ ਆਪ ਨੂੰ ਪੇ ਕੀਤਾ ਕਰਨਾ ਚਾਹੀਦਾ। ਓਕੇ, ਮਤਲਬ ਕਿ ਅਗਰ
ਤੁਹਾਡੀ 1000 ਦੀ ਤਨਖਾਹ ਆ ਉਹਦੇ ਵਿੱਚੋਂ 10% ਤੁਸੀਂ ਆਪਣੇ ਵਾਸਤੇ ਰੱਖੋ, ਬਾਅਦ ਵਿੱਚ ਤੁਸੀਂ ਬਿੱਲ ਪੇ ਕਰਨੇ ਜੋ ਕੁਛ ਵੀ ਕਰਨਾ ਹੈਗਾ ਉਹਦਾ ਪੁੱਠਾ ਹੈ ਜੀ। ਅਸੀਂ ਪਹਿਲਾਂ ਸਭ ਕੁਛ ਖਰਚ ਦਿੰਦੇ ਹਾਂ, ਹਾਂਜੀ, ਉਸ ਤੋਂ ਬਾਅਦ ਬਚਦਾ ਕੁਝ ਨਹੀਂ ਤੇ ਫਿਰ ਆਪਣੇ ਆਪ ਨੂੰ ਤਾਂ ਕੀ ਦੇਣਾ ਹੈ। ਹਾਂਜੀ ਰਾਈਟ, ਸੋ ਇਹ ਬੜੀ ਤੁਸੀਂ ਇੰਪੋਰਟੈਂਟ ਗੱਲ ਕੀਤੀ ਕਿ ਪਹਿਲਾਂ ਪੇ ਯੋਰਸੈਲਫ ਫਰਸਟ ਰਾਈਟ। ਜਿਹੜਾ ਵੀ ਕੋਈ ਅੱਛਾ ਫਾਈਨੈਂਸ਼ੀਅਲ ਪਲੈਨਰ ਹੋਏਗਾ ਉਹ ਤੁਹਾਨੂੰ ਇਹ ਹੀ ਦੱਸੇਗਾ ਰਾਈਟ ਕਿ ਤੁਸੀਂ 10% ਐਟਲੀਸਟ ਆਪਣੇ ਹਿਸਾਬ ਆਪਣੇ ਵਾਸਤੇ ਰੱਖੋ, ਠੀਕ, ਬਾਅਦ ਵਿੱਚ ਤੁਸੀਂ ਬਾਕੀ ਖਰਚਾ ਕਰੋ। ਰਾਈਟ, ਇਨ ਐਗਜ਼ਾਮਪਲ ਇਹਦਾ ਹੀ ਆ ਜਾਂਦਾ ਕਿ ਜੇ ਤੁਸੀਂ ਕਿਤੇ ਮੂਵੀ ਥੀਏਟਰ 'ਤੇ ਗਏ ਹੋਏ ਆ ਅਤੇ ਉੱਥੇ ਤੁਹਾਡਾ ਹਾਈਡਰੋ ਦਾ CEO ਬੈਠਾ ਹੈਗਾ, ਆਪਣੇ ਟੈਲੀਫੋਨ ਵਾਲਿਆਂ ਦਾ ਬੈਠਾ, ਸਾਰਿਆਂ ਦਾ ਬੈਠਾ, ਤੁਹਾਡੀ ਫੈਮਿਲੀ ਬੈਠੀ ਆ ਅਤੇ ਉੱਥੇ ਅੱਗ ਲੱਗ ਗਈ ਆ, ਤੁਸੀਂ ਕਿਹਨੂੰ ਬਚਾਓਗੇ ਪਹਿਲੇ, ਆਪਣੇ ਪਰਿਵਾਰ ਨੂੰ ਬਿਲਕੁਲ ਕਿ ਤੁਸੀਂ ਦੂਸਰਿਆਂ ਨੂੰ? ਰਾਈਟ, ਉਹ ਹੀ ਜਿਹੜੀ ਤੁਹਾਡੀ ਹੈਗੀ ਐਗਜ਼ਾਮਪਲ, ਤੁਸੀਂ ਆਪਣੇ ਵਿੱਚ ਆਪਣੇ ਲਾਈਫ 'ਤੇ ਵਰਤੋਂ ਕਰੋ। ਸੋ ਉਹ ਦੇਖ ਕੇ ਸਾਨੂੰ ਬਜਟ ਦੇਖੋ, ਫਿਰ ਸਾਨੂੰ ਬੈਲੈਂਸ ਦੇਖਣਾ ਕਿ ਸਾਡੇ ਪੈਸੇ ਅਖੀਰ ਮਹੀਨੇ ਦੇ ਵਿੱਚ ਬਚਦੇ ਆ ਕਿ ਅਸੀਂ ਖਰਚੇ ਜ਼ਿਆਦਾ ਕਰਦੇ ਹਾਂ। ਫਿਰ ਉਹਨੂੰ ਰਿਵਿਊ ਕਰੋ ਕਿ ਅਸੀਂ ਕਿੱਥੋਂ ਕੱਟ ਕਰ ਸਕਦੇ ਹਾਂ, ਕਿੱਥੋਂ ਘਟਾ ਸਕਦੇ ਹਾਂ, ਕਿ ਅਸੀਂ ਘਟਾਉਣਾ ਹੈਗਾ। ਕਈ ਵਾਰੀ ਐਗਜ਼ਾਮਪਲ ਦਿੰਦਾ ਕਿ ਜਿਮ ਮੈਂਬਰਸ਼ਿਪ ਲੈ ਲੈਂਦੇ ਬਹੁਤ ਸਾਰੇ, ਜਾਂਦੇ ਕਦੇ ਨਹੀਂ, ਉਹਨੂੰ ਅਸੀਂ ਦੇਖਣਾ ਪੈਂਦਾ। ਫਿਰ ਤੁਸੀਂ ਕ੍ਰੈਡਿਟ ਨੂੰ ਚੈੱਕ ਕਰੋ ਕਿ ਤੁਸੀਂ ਕ੍ਰੈਡਿਟ ਕਿਹੜੇ ਤਰੀਕੇ ਦੇ ਨਾਲ ਵਰਤੋਂ ਕਰਨਾ। ਅਗਰ ਅਸੀਂ ਲੋਨ ਲੈਣੇ ਹੈਗੇ ਆ, ਕਿੱਥੋਂ ਲੈਣੇ ਆ, ਤੁਸੀਂ ਜਾ ਕੇ ਇੱਕ ਦੋ ਬੈਂਕਾਂ ਦੇ ਨਾਲ ਕੀਤੀ, ਕ੍ਰੈਡਿਟ ਯੂਨੀਅਨ ਦੇ ਨਾਲ ਗੱਲ ਕੀਤੀ ਕਿ ਨਹੀਂ ਕੀਤੀ। ਅਗਰ ਮੋਰਗੇਜ ਲੈਣਾ ਤੁਸੀਂ, ਉਹ ਵੀ ਤੁਸੀਂ ਜਾ ਕੇ ਸ਼ਾਪ ਅਰਾਊਂਡ ਕਰੋ ਕਿ ਤੁਹਾਨੂੰ ਬੈਸਟ ਡੀਲ ਕਿੱਥੋਂ ਮਿਲਦੀ ਹੈਗੀ ਆ। ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ, ਆਮ ਤੌਰ 'ਤੇ ਜੇ ਤੁਸੀਂ ਕੋਈ ਛੋਟੀ ਚੀਜ਼ ਲੈਣੀ ਉਸ ਵਾਸਤੇ ਅਸੀਂ ਬਹੁਤ ਸ਼ੋਪ ਅਰਾਊਂਡ ਕਰਦੇ ਹਾਂ। ਹਾਂਜੀ, ਜੇ ਸਾਡੇ 50 ਸੈਂਟ ਵੀ ਬਚਦੇ ਹੋਣ ਤਾਂ ਅਸੀਂ ਉੱਥੇ ਦੁਕਾਨਾਂ 'ਤੇ ਜਾ ਕੇ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਪਰ ਜਦੋਂ ਵੱਡੀ ਇਨਵੈਸਟਮੈਂਟ ਦੀ ਗੱਲ ਆਉਂਦੀ ਉਸ ਸਮੇਂ ਅਸੀਂ ਬੜੇ ਅਲਗਰਜ਼ੇ ਹੋ ਜਾਂਦੇ ਅਤੇ ਸਿਰਫ ਫੇਥ ਕਰ ਲੈਂਦੇ ਅਤੇ ਚਲੇ ਜਾਂਦੇ ਹਾਂ। ਹਾਂਜੀ, ਜਾਂ ਫਿਰ ਕਹਿੰਦੇ ਕਿ ਹਾਂਜੀ ਤੁਸੀਂ ਜਾਣਦੇ, ਤੁਸੀਂ ਕਰ ਦਿਓ, ਤੁਸੀਂ ਕਰ ਦਿਓ, ਜਾਂ ਮੇਰੇ ਉਹ ਪਰਿਵਾਰ ਦੇ ਵਿੱਚ ਕੋਈ ਉਹਨੂੰ ਜਾਣਦਾ ਗਾ ਉਹ ਆ ਕੇ ਕਰ ਦੇਗਾ। ਰਾਈਟ, ਤੁਸੀਂ ਤੁਹਾਨੂੰ ਇਹ ਚਾਹੀਦਾ ਕਿ ਇਹ ਤੁਸੀਂ 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 ਰਾਈਟ ਇਨਸਾਨਾਂ ਦੇ ਨਾਲ ਜਾਂ ਇੰਸਟੀਟਿਊਸ਼ਨ ਦੇ ਨਾਲ ਗੱਲ ਕਰਕੇ ਦੇਖੋ ਕਿ ਸਾਡਾ ਸਿਚੁਏਸ਼ਨ ਆਇਆ, ਸਾਡੇ ਵਾਸਤੇ ਕੀ ਤੁਸੀਂ ਕਰ ਸਕਦੇ ਹੋ, ਵਾਟਸ ਦਾ ਬੈਸਟ ਆਲਟਰਨੇਟਿਵ, ਵਾਟਸ ਦਾ ਬੈਸਟ ਫੋਰ ਮਾਈ ਫੈਮਿਲੀ, ਠੀਕ ਹੈ, ਉਹਦੇ ਮੁਤਾਬਿਕ ਤੁਸੀਂ ਡਿਸੀਜਨ ਲਓ। ਉਹ ਹੀ ਗੱਲ ਆ ਜਾਂਦੀ, ਆਪਾਂ ਲਾਸਟ ਟਾਈਮ ਇਹੋ ਗੱਲ ਕੀਤੀ ਕਿ ਅਸੀਂ ਇਮੋਸ਼ਨਲ ਹੋ ਜਾਂਦੇ ਹਾਂ, ਪਰ ਇਹ ਚਾਹੀਦੀਆਂ ਡਿਸੀਜਨ ਸਾਰੀਆਂ ਲੌਜੀਕਲ ਆ। ਰਾਈਟ, ਸਾਨੂੰ ਸੋਚ ਸਮਝ ਦੇ ਨਾਲ ਕਰਨੀਆਂ ਚਾਹੀਦੀਆਂ ਹੈਗੀਆਂ। ਅਤੇ ਜਦੋਂ ਫਿਰ ਡੈਟ ਤੁਹਾਡੀ, ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਹਾਂ ਤੁਸੀਂ ਬਜਟ ਕਰ ਲਈ ਆ, ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਖਰਚਾ ਜ਼ਿਆਦਾ ਪੈਂਦਾ ਹੈਗਾ, ਰਾਈਟ, ਉਹਨੂੰ ਤੁਸੀਂ ਐਲੀਮੀਨੇਟ ਕਰੋ, ਠੀਕ ਹੈ, ਜਾਂ ਉਹਨੂੰ ਮੋਡੀਫਾਈ ਕਰੋ, ਰਾਈਟ, ਕਿਉਂਕਿ ਉਹਨੂੰ ਅਸੀਂ ਕਿਸ ਤਰ੍ਹਾਂ ਜਿਹੜੀ ਸਾਡੀ ਡੈਟ ਹੈਗੀ ਉਹਨੂੰ ਅਟੈਕ ਕਰਨਾ। ਠੀਕ, ਹਾਂਜੀ, ਬਹੁਤ ਖੂਬ ਜੀ, ਧੰਨਵਾਦ ਤੁਹਾਡਾ ਇੱਥੇ ਆ ਕੇ ਸਾਂਝ ਪਾਉਣ ਲਈ, ਕਿਉਂਕਿ 7 ਐਲੀਮੈਂਟਸ ਆਫ ਜਿਹੜੀ ਅਸੀਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕੀਤੀ ਉਸ ਵਿੱਚ ਬਜਟਿੰਗ ਜਿਹੜੀ ਹੈ ਇਹ ਮੋਸਟ ਫਸਟ ਸਟੈਪ ਜਿਹਦੇ ਬਾਰੇ ਗੱਲਬਾਤ ਕੀਤੀ। ਆਉਣ ਵਾਲੇ ਪ੍ਰੋਗਰਾਮਸ ਵਿੱਚ ਜਿਹੜੇ ਹੈਗੇ ਨੇ ਅਗਲੇ ਕੀ ਐਲੀਮੈਂਟਸ ਨੇ ਉਹਨਾਂ ਦੇ ਉੱਤੇ ਡਿਸਕਸ਼ਨ ਕਰਾਂਗੇ। ਥੈਂਕ ਯੂ ਵੈਰੀ ਮਚ, ਥੈਂਕ ਯੂ।